ਤਾਂ ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਾਰ ਦੇ ਵਿੱਚ ਸਵਾਰ ਇੱਕ ਵਕੀਲ 'ਤੇ ਗੋਲੀਆਂ ਚੱਲੀਆਂ ਨੇ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਉਸਨੂੰ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ, ਪਰ ਵਕੀਲ ਮੁਤਾਬਿਕ ਸਹੁਰੇ ਪਰਿਵਾਰ ਵੱਲੋਂ ਉਸ 'ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। ਤਾਂ ਦੱਸ ਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੱਡੀ ਦੇ ਵਿੱਚ ਜਾ ਰਹੇ ਵਕੀਲ ਦਾ ਪਿੱਛਾ ਕਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਇਸ ਹਮਲੇ ਦੇ ਵਿੱਚ ਵਕੀਲ ਦੀ ਬਾਂਹ ਦੇ ਵਿੱਚ ਦੋ ਗੋਲੀਆਂ ਲੱਗਦੀਆਂ ਨੇ ਅਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ, ਜਿੱਥੇ ਕਿ ਉਹ ਜੇਰੇ ਇਲਾਜ ਦੱਸਿਆ ਜਾ ਰਿਹਾ। ਉੱਥੇ ਹੀ ਮੌਕੇ 'ਤੇ ਪੁਲਿਸ ਦੀ ਪਾਰਟੀ ਪਹੁੰਚਦੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਕੀਲ ਦੇ ਉੱਤੇ ਹਮਲਾ ਹੋਇਆ ਅਤੇ ਉਸ 'ਤੇ 3 ਗੋਲੀਆਂ ਚੱਲੀਆਂ ਸੀ ਜਿਸ ਦੇ ਵਿੱਚੋਂ ਦੋ ਉਸਦੀ ਬਾਂਹ 'ਤੇ ਲੱਗ ਜਾਂਦੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੁਰਗੀ ਮਾਰਕੀਟ ਦੇ ਫੇਸ 1 ਚੌਂਕ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ, ਪਰ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅੱਜ ਇੱਕ ਇੰਸੀਡੈਂਟ ਹੋਇਆ, ਕੋਈ ਗੋਲੀਆਂ ਚੱਲੀਆਂ ਨੇ ਦੁਗਰੀ ਇਲਾਕੇ 'ਚ, ਕੀ ਇੰਸੀਡੈਂਟ ਹੋਇਆ ਜੀ? ਇੱਕ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ, ਇੱਕ ਵਕੀਲ ਹੈਗੇ ਆ ਐਡਵੋਕੇਟ ਸਾਹਿਬ, ਉਹਨਾਂ 'ਤੇ ਗੋਲੀਆਂ, ਐਜ਼ ਪਰ ਹਿਜ਼ ਸਟੇਟਮੈਂਟ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਰੌਲਾ ਸੀਗਾ ਚੱਲਦਾ ਆਪਣੇ ਇਨਲੋਜ਼ ਦੇ ਨਾਲ, ਉਹਨਾਂ ਨੇ ਸਾਡੇ 'ਤੇ ਫਾਇਰ ਕਰਾਇਆ ਐਂਡ ਬਾਕੀ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ। ਉਸ ਤੋਂ ਬਾਅਦ ਆਪਾਂ ਕੋਈ ਹਿਰਾਸਤ 'ਚ ਲਿਆ ਕੋਈ? ਹਾਂਜੀ, ਕੋਈ ਹਿਰਾਸਤ 'ਚ ਲਿਆ? ਹੁਣ ਤੱਕ ਨਹੀਂ ਲਿਆ ਜੀ, ਇਨਵੈਸਟੀਗੇਸ਼ਨ ਚਲਦੀ ਪਈ। ਕਿੰਨੇ ਫਾਇਰ ਹੋਏ ਆ ਉੱਥੇ? ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 3 ਫਾਇਰ ਹੋਏ ਆ ਜੀ। ਸਰ ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ ਜੀ? ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ ਜੀ? ਇਹ ਲੋਕਲੀ ਹੈ ਜੀ, ਲੋਕਲੀ। ਕਿਹੜਾ ਏਰੀਆ? ਇਹ ਜਿਹੜਾ ਚੌਕ ਹੈਗਾ ਮਾਰਕੀਟ ਦਾ, ਉੱਥੇ ਫੇਜ਼ 1। ਹਾਂਜੀ, ਬੰਦਾ ਠੀਕ ਹੈ ਜੀ? ਬੰਦਾ ਠੀਕ ਹੈ, ਡਾਕਟਰ ਬਾਕੀ ਓਪਰੇਟ ਕਰ ਰਹੇ ਹੈ, ਡਾਕਟਰ ਬਾਕੀ ਠੀਕ ਹੈ, ਸਟੇਬਲ ਹੈ ਐਸ ਪਰ ਡਾਕਟਰ। ਤਾਂ ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਾਰ ਦੇ ਵਿੱਚ ਸਵਾਰ ਇੱਕ ਵਕੀਲ 'ਤੇ ਗੋਲੀਆਂ ਚੱਲੀਆਂ ਨੇ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਉਸਨੂੰ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ, ਪਰ ਵਕੀਲ ਮੁਤਾਬਿਕ ਸਹੁਰੇ ਪਰਿਵਾਰ ਵੱਲੋਂ ਉਸ 'ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। ਤਾਂ ਦੱਸ ਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੱਡੀ ਦੇ ਵਿੱਚ ਜਾ ਰਹੇ ਵਕੀਲ ਦਾ ਪਿੱਛਾ ਕਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਇਸ ਹਮਲੇ ਦੇ ਵਿੱਚ ਵਕੀਲ ਦੀ ਬਾਂਹ ਦੇ ਵਿੱਚ ਦੋ ਗੋਲੀਆਂ ਲੱਗਦੀਆਂ ਨੇ ਅਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ, ਜਿੱਥੇ ਕਿ ਉਹ ਜੇਰੇ ਇਲਾਜ ਦੱਸਿਆ ਜਾ ਰਿਹਾ। ਉੱਥੇ ਹੀ ਮੌਕੇ 'ਤੇ ਪੁਲਿਸ ਦੀ ਪਾਰਟੀ ਪਹੁੰਚਦੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਕੀਲ ਦੇ ਉੱਤੇ ਹਮਲਾ ਹੋਇਆ ਅਤੇ ਉਸ 'ਤੇ 3 ਗੋਲੀਆਂ ਚੱਲੀਆਂ ਸੀ ਜਿਸ ਦੇ ਵਿੱਚੋਂ ਦੋ ਉਸਦੀ ਬਾਂਹ 'ਤੇ ਲੱਗ ਜਾਂਦੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੁਰਗੀ ਮਾਰਕੀਟ ਦੇ ਫੇਸ 1 ਚੌਂਕ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ, ਪਰ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅੱਜ ਇੱਕ ਇੰਸੀਡੈਂਟ ਹੋਇਆ, ਕੋਈ ਗੋਲੀਆਂ ਚੱਲੀਆਂ ਨੇ ਦੁਗਰੀ ਇਲਾਕੇ 'ਚ, ਕੀ ਇੰਸੀਡੈਂਟ ਹੋਇਆ ਜੀ? ਇੱਕ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ, ਇੱਕ ਵਕੀਲ ਹੈਗੇ ਆ ਐਡਵੋਕੇਟ ਸਾਹਿਬ, ਉਹਨਾਂ 'ਤੇ ਗੋਲੀਆਂ, ਐਜ਼ ਪਰ ਹਿਜ਼ ਸਟੇਟਮੈਂਟ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਰੌਲਾ ਸੀਗਾ ਚੱਲਦਾ ਆਪਣੇ ਇਨਲੋਜ਼ ਦੇ ਨਾਲ, ਉਹਨਾਂ ਨੇ ਸਾਡੇ 'ਤੇ ਫਾਇਰ ਕਰਾਇਆ ਐਂਡ ਬਾਕੀ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ। ਉਸ ਤੋਂ ਬਾਅਦ ਆਪਾਂ ਕੋਈ ਹਿਰਾਸਤ 'ਚ ਲਿਆ ਕੋਈ? ਹਾਂਜੀ, ਕੋਈ ਹਿਰਾਸਤ 'ਚ ਲਿਆ? ਹੁਣ ਤੱਕ ਨਹੀਂ ਲਿਆ ਜੀ, ਇਨਵੈਸਟੀਗੇਸ਼ਨ ਚਲਦੀ ਪਈ। ਕਿੰਨੇ ਫਾਇਰ ਹੋਏ ਆ ਉੱਥੇ? ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 3 ਫਾਇਰ ਹੋਏ ਆ ਜੀ। ਸਰ ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ?
ਕਿਹੜੀ ਜਗ੍ਹਾ ਦਾ ਮਾਮਲਾ ਦੱਸਿਆ ਗਿਆ ਜੀ? ਇਹ ਲੋਕਲੀ ਹੈ ਜੀ, ਲੋਕਲੀ ਇਹ ਜਿਹੜਾ ਚੌਕ ਹੈਗਾ ਮਾਰਕੀਟ ਦਾ ਉੱਥੇ ਫੇਜ਼ 1 ਹਾਂਜੀ। ਬੰਦਾ ਠੀਕ ਹੈ ਜੀ? ਬੰਦਾ ਠੀਕ ਹੈ, ਡਾਕਟਰ ਬਾਕੀ ਓਪਰੇਟ ਕਰ ਰਹੇ ਹੈ, ਡਾਕਟਰ ਬਾਕੀ ਠੀਕ ਹੈ, ਸਟੇਬਲ ਹੈ ਐਜ਼ ਪਰ ਡਾਕਟਰ।